ਹਾਂਜੀ ਸਟੂਡੈਂਟਸ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਨਾਟਕ ਬਾਰੇ ਪੜ੍ਹਾਂਗੇ। ਨਾਟਕ ਕੀ ਹੁੰਦਾ ਪਹਿਲਾਂ ਅਸੀਂ ਇਹ ਦੇਖਾਂਗੇ। ਨਾਟਕ ਜੀਵਨ ਦੇ ਕਿਸੇ ਸਾਰਥਿਕ ਵਿਚਾਰ ਨੂੰ ਜਾਂ ਅਰਥ ਭਰਪੂਰ ਘਟਨਾ ਨੂੰ ਗਿਣੀ ਮਿਥੀ ਵਿਉਂਤ ਅਨੁਸਾਰ ਮੀਨਜ ਪਲਾਂਡ ਪ੍ਰਗਟਾਉਣ ਅਤੇ ਨਿਰੂਪਣ ਕਰਨ ਵਾਲੀ ਉਹ ਸਮੂਹਿਕ ਅਤੇ ਮਿਸ਼ਰਿਤ ਕਲਾ ਹੈ ਜੋ ਪਾਤਰਾਂ ਦੀ ਵਾਰਤਾਲਾਪ ਅਤੇ ਅਭਿਨੈ ਰਾਹੀਂ ਨਾਟਕੀ ਢੰਗ ਨਾਲ ਦਰਸ਼ਕਾਂ ਦੀ ਦਿਲਚਸਪੀ ਅਤੇ ਚੇਤਨਾ ਲਈ ਉਹਨਾਂ ਸਾਹਮਣੇ ਰੰਗ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਅਰਸਤੂ ਨੇ ਨਾਟਕ ਦੇ ਕਥਾਨਕ ਨੂੰ ਤ੍ਰਾਦਸੀ ਦਾ ਆਤਮਾ ਕਿਹਾ ਹੈ, ਤ੍ਰਾਸਦੀ ਦੀ ਆਤਮਾ ਆਖਿਆ ਹੈ। ਤ੍ਰਾਸਦੀ ਮੀਨਸ ਦੁਖਾਂਤ। ਪਹਿਲੀ ਪੀੜ੍ਹੀ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਾਂਗੇ। ਪਹਿਲੀ ਪੀੜ੍ਹੀ ਦੇ ਜਿਹੜੇ ਨਾਟਕਕਾਰ ਨੇ ਉਹਨਾਂ ਦਾ ਜ਼ਿਕਰ ਕਰਾਂਗੇ। ਪੰਜਾਬੀ ਨਾਟਕ ਅਤੇ ਰੰਗਮੰਚ ਦਾ ਨਿਕਾਸ ਬਾਕੀ ਵਿਧਾਵਾਂ ਦੀ ਤਰ੍ਹਾਂ ਪੱਛਮੀ ਪ੍ਰਭਾਵ 'ਚ ਹੋਇਆ। ਨੋਰਾ ਰਿਚਰਡ ਨੇ ਸਭ ਤੋਂ ਪਹਿਲਾਂ ਪੰਜਾਬੀ ਨਾਟਕ ਦੀ ਅਗਵਾਈ ਕੀਤੀ। ਨੋਰਾ ਦੀ ਅਗਵਾਈ ਵਿੱਚ ਹੀ ਈਸ਼ਵਰ ਚੰਦਰ ਨੰਦਾ ਨੇ ਆਧੁਨਿਕ ਰੰਗਮੰਚ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਇਕਾਂਗੀ ਨਾਟਕ ਦੁਲਹਨ ਸਾਲ 1913 ਈਸਵੀ ਵਿੱਚ ਖੜਾਇਆ। ਆਧੁਨਿਕ ਪੰਜਾਬੀ ਨਾਟਕ ਦਾ ਪਿਤਾਮਾ ਈਸ਼ਵਰ ਚੰਦਰ ਨੰਦਾ ਹੈ। ਉਸਨੇ ਦੋ ਪੂਰੇ ਨਾਟਕ ਸੁਭੱਦਰਾ ਅਤੇ ਵਰ ਘਰ ਅਤੇ ਤਿੰਨ ਇਕਾਂਗੀ ਸੰਗ੍ਰਹਿ ਝਲਕਾਰੇ ਲਿਸ਼ਕਾਰੇ ਅਤੇ ਚਮਕਾਰੇ ਪੰਜਾਬੀ ਸਾਹਿਤ ਨੂੰ ਦਿੱਤੇ। ਨੰਦਾ ਕਠੋਰ ਰੂਪ ਵਿੱਚ ਯਥਾਰਥਕ ਅਤੇ ਨਾਟਕੀ ਵਾਰਤਾਲਾਪ ਘੜਨ ਦਾ ਉਸਤਾਦ ਹੈ। ਨੰਦੇ ਦਾ ਨਾਟਕ ਸ਼ਾਮੂ ਸ਼ਾਹ ਸ਼ੇਕਸਪੀਅਰ ਦੇ ਨਾਟਕ ਮਰਚੈਂਟ ਆਫ ਵੈਨਿਸ ਉੱਪਰ ਆਧਾਰਿਤ ਹੈ। ਦੁਖਾਂਤ ਸੁਖਾਂਤ ਸਮੱਸਿਆ ਪ੍ਰਧਾਨ ਯਥਾਰਥਵਾਦੀ ਅਤੇ ਇਤਿਹਾਸਿਕ ਨਾਟਕਾਂ ਦਾ ਲੇਖਕ ਹਰਚਰਨ ਸਿੰਘ ਨੰਦੇ ਦਾ ਉੱਤਰਾਧਿਕਾਰੀ ਹੈ। ਮੀਨਜ ਨੰਦੇ ਦੀ ਜਿਹੜੀ ਕਮਾਂਡ ਆ ਉਹ ਅੱਗੇ ਜਾ ਕੇ ਹਰਚਰਨ ਸਿੰਘ ਨੇ ਸੰਭਾਲੀ। ਸੇਮ ਕੈਟਾਗਰੀ ਦੇ ਨਾਟਕ ਅਤੇ ਇਕਾਂਗੀਆਂ ਲਿਖ ਕੇ ਕਮਲਾ ਕੁਮਾਰੀ, ਰਾਜਾ ਪੋਰਸ, ਰੱਤਾ ਸਾਲੂ, ਸੋਭਾ ਸ਼ਕਤੀ, ਚਮਕੌਰ ਦੀ ਗੜੀ, ਜ਼ਫਰਨਾਮਾ, ਹਿੰਦ ਦੀ ਚਾਦਰ, ਕੱਲ ਅੱਜ ਅਤੇ ਭਲਕ ਉਸ ਦੇ ਪ੍ਰਸਿੱਧ ਨਾਟਕ ਹਨ। ਕੱਲ ਅੱਜ ਅਤੇ ਭਲਕ ਨੂੰ 1973 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਸੰਤ ਸਿੰਘ ਸੇਖੋਂ ਦੀ ਗੱਲ ਕਰਾਂਗੇ ਅੱਗੇ ਅਸੀਂ। ਸੰਤ ਸਿੰਘ ਸੇਖੋਂ ਦੇ ਨਾਟਕ ਨੇ ਪੰਜਾਬੀ ਨਾਟਕ ਵਿੱਚ ਯਥਾਰਥ ਦੀ ਪਰੰਪਰਾ ਪਕੇਰੀ ਕਰਨ ਦੇ ਨਾਲ ਨਾਲ ਇਸ ਵਿੱਚ ਨਵੀਂ ਬੌਧਿਕ ਧਾਰਾ ਦਾ ਪ੍ਰਵੇਸ਼ ਕਰਵਾਇਆ। ਮਿੱਤਰ ਪਿਆਰਾ, ਬਾਬਾ ਬੋਹੜ ਜਿਹੜਾ ਕਿ ਕਾਵਿ ਨਾਟ ਆ, ਨਲ ਦਮਿਅੰਤੀ, ਵਾਰਸ, ਭੁਦਾਨ, ਮੋਇਆ ਸਾਰ ਨਕਾਈ, ਕਲਾਕਾਰ, ਨਾਰਕੀ, ਸਿਆਲਾਂ ਦੀ ਨੱਡੀ, ਬੇੜਾ ਬੰਦ ਨਾ ਸਕਿਓ ਆਦਿ ਸੇਖੋਂ ਦੇ ਪੂਰੇ ਨਾਟਕ ਅਤੇ ਨਾਟ ਸੁਨੇਹੇ ਤਪਿਆ ਕਿਉਂ ਖਪਿਆ, ਸੁੰਦਰ ਪਦ ਆਦਿ ਇਕਾਂਗੀ ਸੰਗ੍ਰਹਿ ਨੇ। ਕਲਾਕਾਰ ਸੰਤ ਸਿੰਘ ਸੇਖੋਂ ਦਾ ਵਿਵਾਦਗ੍ਰਸਤ ਨਾਟਕ ਹੈ। ਮਿੱਤਰ ਪਿਆਰਾ ਨੂੰ 1972 ਈਸਵੀ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਯਥਾਰਥਵਾਦੀ ਨਾਟ ਸ਼ੈਲੀ ਅਧੀਨ ਨਾਟਕ ਰਚਨਾ ਕਰਨ ਵਾਲੇ
ਗੁਰਦਿਆਲ ਸਿੰਘ ਖੋਸਲਾ ਨੇ ਬੇਘਰੇ ਬੂਹੇ ਬੈਠੀ ਧੀ ਮਰ ਮਿਟਣ ਵਾਲੇ ਪਰਲੋ ਤੋਂ ਪਹਿਲਾਂ ਆਦਿ ਸਮੱਸਿਆ ਪ੍ਰਧਾਨ ਨਾਟਕ ਲਿਖੇ। ਗੁਰਦਿਆਲ ਸਿੰਘ ਫੁੱਲ ਯਥਾਰਥਵਾਦੀ ਨਾਟਕ ਪਹਿਲਾਂ ਰੰਗਮੰਚ 'ਤੇ ਖੇਡਦਾ ਅਤੇ ਮਗਰੋਂ ਪ੍ਰਕਾਸ਼ਿਤ ਕਰਵਾਉਂਦਾ ਸੀ। ਧਰਤੀ ਦੇ ਜਾਏ, ਕਾਲਜੀਏਟ, ਬੈਂਕ, ਕੰਬ ਦੇ ਧੌਲਰ, ਲੱਜਿਆ ਸਭ ਕੁਛ ਹੋਤ ਉਪਾਏ, ਜਿਨ ਸੱਚ ਪਲੇ ਹੋਏ, ਚੋ ਅਜੇ ਨਹੀਂ ਸੁੱਕਾ ਆਦਿ ਪੂਰੇ ਨਾਟਕ ਅਤੇ ਹੌਕੇ, ਪੈਸਾ, ਕਣਕ ਦਾ ਬੋਲ, ਕਿੱਧਰ ਜਾਵਾਂ, ਨਾਨਕ ਨਦਰੀ ਨਦਰ ਨਿਹਾਲ ਆਦਿ ਇਕਾਂਗੀ ਸੰਗ੍ਰਹਿ ਹਨ। ਕਰਤਾਰ ਸਿੰਘ ਦੁੱਗਲ ਨੇ ਵਧੇਰੇ ਕਰਕੇ ਰੇਡੀਓ ਨਾਟਕ ਲਿਖੇ, ਜਿਵੇਂ ਪੁਰਾਣੀਆਂ ਬੋਤਲਾਂ, ਮਿੱਠਾ ਪਾਣੀ, ਆਹ ਗਏ ਸੱਜਣ ਆਹ ਗਏ ਆਦਿ ਇਹਨਾਂ ਦੇ ਪੂਰੇ ਨਾਟਕ ਨੇ ਅਤੇ 7 ਨਾਟਕ 100 ਨਾਮ ਦੇ 2 ਇਕਾਂਗੀ ਸੰਗ੍ਰਹਿ ਨੇ। ਰੋਸ਼ਨ ਲਾਲ ਅਹੂਜਾ ਨੇ ਸਮਾਜਿਕ, ਇਤਿਹਾਸਿਕ ਅਤੇ ਉਪਦੇਸ਼ਾਤਮਕ ਵਿਸ਼ਿਆਂ ਬਾਰੇ ਜੌਹਰ, ਪਰਿਵਰਤਨ, ਗਾਂਧੀਵਾਦ, ਸੱਪ ਅਤੇ ਮੋਰ ਆਦਿ ਇਕਾਂਗੀ ਸੰਗ੍ਰਹਿ ਅਤੇ ਹੜਤਾਲ, ਤਲਾਕ, ਭੂਮੀ ਅੰਦੋਲਨ, ਕਲਿੰਗਾ ਦਾ ਦੁਖਾਂਤ ਆਦਿ ਪੂਰੇ ਨਾਟਕ ਰਚੇ। ਇਹ ਸੀਗੇ ਪਹਿਲੀ ਪੀੜ੍ਹੀ ਦੇ ਪੰਜਾਬੀ ਨਾਟਕਕਾਰ ਅਤੇ ਰੰਗਮੰਚ। ਅੱਗੇ ਅਸੀਂ ਹੁਣ ਕਰਾਂਗੇ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਜਿਹੜੇ ਨਾਟਕਕਾਰ ਨੇ, ਦੂਜੀ ਪੀੜ੍ਹੀ ਆ ਜਿਹੜੀ, ਬਲਵੰਤ ਗਾਰਗੀ ਇਹਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ। ਮਨੋਵਿਗਿਆਨਕ ਦ੍ਰਿਸ਼ਟੀ ਵਾਲੇ ਇਸ ਨਾਟਕਕਾਰ ਨੇ ਲੋਹਾ ਕੁੱਟ, ਪੱਤਣ ਦੀ ਬੇੜੀ, ਸੌਂਕਣ, ਕੁਆਰੀ ਟੀਸੀ, ਗਿਰਜਾ, ਕੇਸਰੋ, ਸੈੱਲ ਪੱਥਰ, ਘੁੱਗੀ, ਧੂਣੀ ਦੀ ਅੱਗ, ਗਗਨ ਮਹਿਥਾਲ, ਅਭਿਸਾਰਿਕਾ, ਰਜੀਆ ਸੁਲਤਾਨ ਆਦਿ ਨਾਟਕ ਲਿਖ ਕੇ ਪ੍ਰਗਤੀਵਾਦੀ ਲਹਿਰ ਨੂੰ ਅੱਗੇ ਵਧਾਇਆ। ਮਨੋਵਿਗਿਆਨਕ ਦ੍ਰਿਸ਼ਟੀਕੋਣ ਸੀ ਇਹਨਾਂ ਦਾ ਅਤੇ ਲਹਿਰ ਜਿਹੜੀ ਚੱਲ ਰਹੀ ਸੀ ਇਹ ਪ੍ਰਗਤੀਵਾਦੀ। ਸੁਰਜੀਤ ਸਿੰਘ ਸੇਠੀ ਪ੍ਰਸੰਗਵਾਦੀ ਨਾਟਕਕਾਰ, ਕਾਫੀ ਹਾਊਸ, ਕੱਚਾ ਘੜਾ, ਕਾਦਰਯਾਰ, ਕੁਝ ਭਰਿਆ ਕੁਝ ਸੱਖਣਾ, ਕਿੰਗ ਮਿਰਜ਼ਾ ਅਤੇ ਸਪੇਰਾ, ਮਰਦ ਮਰਦ ਨਹੀਂ, ਤੀਵੀਂ ਤੀਵੀਂ ਨਹੀਂ, ਨੰਗੀ ਸੜਕ, ਰਾਤ ਦਾ ਓਲਾ ਆਦਿ ਇਹਨਾਂ ਦੇ ਪੂਰੇ ਨਾਟਕ ਨੇ। ਇਕਾਂਗੀ ਸੰਗ੍ਰਹਿ ਦੀ ਗੱਲ ਕਰੀਏ ਤਾਂ ਪਰਦੇ ਪਿੱਛੇ ਇਹਨਾਂ ਦਾ ਇਕਾਂਗੀ ਸੰਗ੍ਰਹਿ ਆ ਅਤੇ ਰੇਡੀਓ ਨਾਟਕ ਆ ਜਿਹੜਾ ਸ਼ੁੱਧ ਮਾਲ ਪ੍ਰਾਈਵੇਟ ਲਿਮਿਟਡ। ਗੁਰਚਰਨ ਸਿੰਘ ਜਸੂਜਾ ਪ੍ਰਤੀਕਾਤਮਕ ਪ੍ਰਗਟਾਵੇ ਵਾਲਾ ਨਾਟਕਕਾਰ ਆ। ਚੜ੍ਹਿਆ ਸੋਧਣ ਧਰਤ ਲੁਕਾਈ, ਬਾਦਸ਼ਾਹ ਦਰਵੇਸ਼, ਮੱਖਣ ਸ਼ਾਹ ਲਵਾਣਾ, ਪਾਰਸ ਦੀ ਛੂਹ, ਸੁਖਮਣੀ ਦੇ ਚਾਨਣ ਵਿੱਚ ਉਸਦੇ ਪ੍ਰਮੁੱਖ ਨਾਟਕ ਨੇ। ਕਪੂਰ ਸਿੰਘ ਘੁੰਮਣ ਨਵੀਆਂ ਰੁਚੀਆਂ ਅਤੇ ਨਵੇਂ ਪ੍ਰਯੋਗਾਂ ਦਾ ਨਾਟਕਕਾਰ ਆ, ਜਿਸ ਨੇ ਜਿਉਂਦੀ ਲਾਸ਼, ਪਾਗਲ ਲੋਕ, ਅਤੀਤ ਦੇ ਪਰਛਾਵੇਂ, ਬਰਸਾਤੀ ਨਦੀਆਂ, ਬੁਝਾਰਤ, ਰਾਣੀ ਕੋਕਲਾ, ਪੁਤਲੀ ਘਰ, ਬੰਦ ਗਲੀ ਆਦਿ ਪੂਰੇ ਨਾਟਕ ਅਤੇ ਰੱਬ ਦੇ ਰੰਗ, ਜੈਲਦਾਰ, ਪੰਜੇਬ, ਕੱਚ ਦੇ ਗਜਰੇ, 2 ਕੁੜੀਆਂ, 12 ਨਾਟਕ, ਮਨ ਅੰਤਰ ਕੀ ਪੀੜ ਆਦਿ ਨਾਟ ਸੰਗ੍ਰਹਿ ਲਿਖੇ। ਪਾਗਲ ਲੋਕ ਨਾਟਕ ਨੂੰ 1984 ਵਿੱਚ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਪ੍ਰਾਪਤ ਹੋਇਆ। ਹਰਸਰਨ ਸਿੰਘ ਨੇ ਯਥਾਰਥੀ ਨਾਟ ਸ਼ੈਲੀ ਅਧੀਨ ਜੀਗਰਾ, ਫੁੱਲ ਕਮਲਾ ਗਿਆ, ਅਪਰਾਧੀ, ਉਦਾਸ ਲੋਕ, ਇਕਾਈ ਦਹਾਈ ਸੈਂਕੜਾ, ਕੁਲੱਛਣੇ, ਰਾਜਾ ਰਸਾਲੂ, ਦੋਜ਼ਖ,
ਛੱਕੇ ਆਦਿ ਪੂਰੇ ਨਾਟਕ ਤੇ ਜੋਤ ਤੋਂ ਜੋਤ ਜਗੇ, ਪਰਦੇ ਪਿੱਛੇ ਤਰੇੜ ਤੇ ਹੋਰ ਇਕਾਂਗੀ ਸੰਗ੍ਰਹਿ ਹੋਰ ਇਕਾਂਗੀ ਆਦਿ ਇਕਾਂਗੀ ਸੰਗ੍ਰਹਿ ਲਿਖੇ। ਅੱਗੇ ਗੱਲ ਕਰਾਂਗੇ ਅਸੀਂ ਤੀਜੀ ਪੀੜ੍ਹੀ ਦੇ ਨਾਟਕਕਾਰਾਂ ਦੀ। ਆਤਮਜੀਤ ਦੇ ਪਹਿਲੇ ਆਤਮਜੀਤ ਦੇ ਪ੍ਰਸਿੱਧ ਨਾਟਕ ਅਤੇ ਇਕਾਂਗੀ ਸੰਗ੍ਰਹਿ ਨੇ ਕਬਰਸਤਾਨ, ਚਾਬੀਆਂ, ਹਵਾ ਮਹਿਲ, ਸ਼ਹਿਰ ਬਿਮਾਰ ਅਤੇ ਫਰਸ਼ ਵਿੱਚ ਉੱਠਿਆ ਰੁੱਖ, ਪੰਚ ਨਦ ਦਾ ਪਾਣੀ, ਕੈਮਲੁਪਸ ਦੀਆਂ ਮੱਛੀਆਂ, ਤੱਤੀ ਤਵੀ ਦਾ ਸੱਚ, ਮੈਂ ਅਤੇ ਇੱਕ ਸਾਰੰਗੀ ਹਾਂ, ਰਿਸ਼ਤਿਆਂ ਦਾ ਕੀ ਰੱਖੀਏ ਨਾਂ ਆਦਿ। ਤੱਤੀ ਤਵੀ ਦਾ ਸੱਚ ਨੂੰ 2009 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਅਜਮੇਰ ਔਲਖ ਨੇ ਪ੍ਰਤੀਕਾਤਮਕ ਸ਼ੈਲੀ ਵਿੱਚ ਮਾਲਵੇ ਦੀ ਨਿਮਨ ਕਿਸਾਨੀ ਅਤੇ ਪੰਜਾਬ ਸਮੱਸਿਆਵਾਂ ਬਾਰੇ ਭੱਜੀਆਂ ਬਾਹੀ, ਸੱਤ ਬੇਗਾਨੇ, ਕੇਹਰ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਚਨਾ ਦਾ ਪਾਣੀ ਆਦਿ ਪੂਰੇ ਨਾਟਕ ਅਤੇ ਬੇਗਾਨੇ ਬੋਹੜ ਦੀ ਛਾਂ, ਅੰਨੇ ਨਿਸ਼ਾਨਚੀ, ਤੂੜੀ ਵਾਲਾ ਕੋਠਾ ਆਦਿ ਪ੍ਰਸਿੱਧ ਇਕਾਂਗੀ ਸੰਗ੍ਰਹਿ ਲਿਖੇ। ਚਰਨਦਾਸ ਸਿੱਧੂ ਦੀਆਂ ਨਾਟਕੀ ਸਰਗਰਮੀਆਂ ਦਾ ਕਾਲਜੀਏਟ ਡਰਾਮਾ ਸੁਸਾਇਟੀ ਦਿੱਲੀ ਸੀ, ਜਿਸ ਨੇ ਭਜਨੋ, ਇੰਦੂਮਤੀ ਸੱਤਿਆਦੇਵ, ਲੇਖੂ ਕਰੋ ਕਵੱਲੀਆਂ, ਬਾਬਾ ਬੰਤੂ, ਅੰਬੀਆਂ ਨੂੰ ਤਰਸੇਂਗੀ, ਕੱਲ੍ਹ ਕਾਲਜ ਬੰਦ ਰਹੇਗਾ, ਪੰਜ ਖੂਹ ਵਾਲੇ, ਬਾਤ ਫੱਤੂ ਝੀਰ ਦੀ, ਮਸਤ ਮੇਗੋ ਵਾਲੀਆ, ਭਈਆ ਹਾਕਮ ਸਿਉਂ, ਮੇਰਾ ਡੋਲਾ ਅੜਿਆ, ਪੂਨਮ ਦੇ ਬਿਛੂਏ, ਭਗਤ ਸਿੰਘ ਸ਼ਹੀਦ, ਨਾਟਕ ਤਿੱਕੜੀ ਆਦਿ 40 ਤੋਂ ਵੱਧ ਨਾਟਕ ਲਿਖੇ। ਗੁਰਸ਼ਰਨ ਸਿੰਘ ਨੁੱਕੜ ਨਾਟਕਾਂ ਦਾ ਸਫਲ ਪੇਸ਼ਕਾਰ ਹੈ। ਉਸ ਦੇ ਨਾਟਕਾਂ ਵਿੱਚ ਧਮਕ ਨਗਾਰੇ ਦੀ, ਸ਼ੀਸ਼ ਤਲੀ 'ਤੇ, ਕਰਫਿਊ, ਪੰਘੂੜਾ, ਇੱਕ ਕੁਰਸੀ ਇੱਕ ਮੋਹਰਾ, ਟੋਇਆ, ਹਵਾ ਵਿੱਚ ਲਟਕਦੇ ਲੋਕ ਆਦਿ ਪ੍ਰਮੁੱਖ ਨੇ। ਡਾਕਟਰ ਸਤੀਸ਼ ਵਰਮਾ ਨਾਟਕ ਦਾਇਰਾ ਇਹਨਾਂ ਦਾ 1992, ਲੋਕ ਮਨਾਂ ਦਾ ਰਾਜਾ 2004 ਨੇ ਨਾਟਕ ਰਚਨਾ ਤੋਂ ਇਲਾਵਾ ਆਪਣੀ ਪਤਨੀ ਪਰਮਜੀਤ ਵਰਮਾ ਨਾਲ ਮਿਲ ਕੇ ਕਈ ਸਮਕਾਲੀ ਨਾਟਕਕਾਰਾਂ ਦੇ ਨਾਟਕਾਂ ਦਾ ਮੰਚ ਨਿਰਦੇਸ਼ਨ ਕੀਤਾ। ਸਤਿੰਦਰ ਸਿੰਘ ਨੰਦਾ ਆਧੁਨਿਕ ਦੌਰ ਦੀਆਂ ਵਿਸੰਗਤੀਆਂ, ਵਿਰੋਧ ਪਾਸਾਂ, ਅੰਤਰ ਵਿਰੋਧਾਂ ਅਤੇ ਉਲਾਰਾਂ ਵਿਗਾੜਾਂ ਨੂੰ ਸੁਖਾਂਤ ਅਤੇ ਪ੍ਰਹਸਨ ਨਾਟਕਾਂ ਰਾਹੀਂ ਪੇਸ਼ ਕਰਦਾ ਏ। ਭਲਕ ਅਜੇ ਦੂਰ ਹੈ 1986, ਕਿਰਾਏਦਾਰ 1999, ਨਿਰੰਜਣੀ ਜੋਤ 1999, ਉੱਗਣ ਵਧਣ ਆਦਿ ਉਸ ਦੇ ਪ੍ਰਮੁੱਖ ਨਾਟਕ ਨੇ। ਸਵਰਾਜਵੀਰ ਮਿੱਥ ਰੂਪਾਂਤਰਣ ਨੂੰ ਤਰਜੀਹ ਦੇਣ ਵਾਲਾ ਇੱਕ ਪ੍ਰਮੁੱਖ ਅਤੇ ਗੰਭੀਰ ਪੰਜਾਬੀ ਨਾਟਕਕਾਰ। ਸੰਤ ਸਿੰਘ ਸੇਖੋਂ ਦੀ ਪਰੰਪਰਾ ਨਾਲ ਜੁੜੇ ਇਸ ਨਾਟਕਕਾਰ ਨੇ ਨਾਟਕ ਭਾਰਤ ਦੇ ਇਤਿਹਾਸ, ਮਿਥਿਹਾਸ ਅਤੇ ਦਰਸ਼ਨ ਦੇ ਭਰਪੂਰ ਰਲੇਵੇਂ ਨਾਲ ਨਾਟਕਕਾਰੀ ਨੂੰ ਨਵੇਂ ਆਯਾਮ ਪ੍ਰਦਾਨ ਕੀਤੇ। ਇਸ ਦੇ ਪ੍ਰਮੁੱਖ ਨਾਟਕ ਧਰਮ ਗੁਰੂ, ਕ੍ਰਿਸ਼ਨ, ਮੇਦਨੀ ਅਤੇ ਸ਼ਾਇਰੀ ਹਨ। ਸਮਕਾਲੀ ਨਾਟਕਕਾਰ ਜਤਿੰਦਰ ਬਰਾੜ, ਅਜਮੇਰ ਰੋਡੇ, ਅਮਰਜੀਤ ਗਰੇਵਾਲ, ਇਕਬਾਲ ਘਾਰੂ, ਸ਼ਹਿਰਯਾਰ, ਸੋਮਪਾਲ ਹੀਰਾ, ਪਾਲੀ, ਭੁਪਿੰਦਰ ਸਿੰਘ, ਕੇਵਲ ਧਾਲੀਵਾਲ, ਨਸੀਬ ਬਵੇਜਾ, ਰਾਣਾ ਜੰਗ ਬਹਾਦਰ, ਤਰਸਪਾਲ ਕੌਰ, ਸੈਮੂਅਲ ਜੌਨ ਅਤੇ ਰਤਨ ਲੀਹਲ ਆਦਿ।